ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਲੈ ਕੇ ਸਾਡੇ ਕੋਲ ਦੋ ਮਹਿਮਾਨ ਆਏ ਨੇ, ਉਪਕਾਰ ਟਟਲੇ ਅਤੇ ਗੁਰਕੀਰਤ ਸਿੰਘ। ਇਹ ਦੋਨੋਂ ਹੀ ਮਹਿਮਾਨ ਕਮਿਊਨਿਟੀ ਐਕਸ਼ਨ ਟੀਮ ਵਜੋਂ ਜੋ ਕੁਝ ਕੰਮ ਕੀਤਾ ਜਾ ਰਿਹਾ ਹੈ ਸਾਊਥ ਏਸ਼ੀਅਨ ਭਾਈਚਾਰੇ ਵਿੱਚ, ਜਿਹੜਾ ਓਪੀਆਈਡ ਕ੍ਰਾਈਸਿਸ ਹੈ ਉਸ ਵਿੱਚ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਇਹਨਾਂ ਵੱਲੋਂ ਸੈਸ਼ਨਸ ਕੀਤੇ ਜਾ ਰਹੇ ਨੇ। ਸੋ ਇਸ ਵਿੱਚ ਕੀ ਕੁਝ ਹੋ ਰਿਹਾ, ਕਿੰਨੀ ਕੁ ਇਹ ਸਿਚੁਏਸ਼ਨ ਕ੍ਰਿਟੀਕਲ ਹੈਗੀ ਹੈ, ਕਮਿਊਨਿਟੀ ਕੀ ਕਰ ਸਕਦੀ ਹੈ ਅਤੇ ਸੁਸਾਇਟੀ ਵਿੱਚ ਇਹ ਕੁਝ ਕੀ ਕਰ ਰਹੇ ਨੇ, ਇਸ ਬਾਰੇ ਵਿਸਥਾਰ ਵਿੱਚ ਗੱਲਬਾਤ ਕਰਦੇ ਹਾਂ ਦੋਨਾਂ ਹੀ ਮਹਿਮਾਨਾਂ ਨਾਲ। ਜੀ ਹਾਂ ਜੀ, ਵੈਲਕਮ ਟੂ ਦ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਉਪਕਾਰ ਜੀ, ਤੁਹਾਡੇ ਤੋਂ ਸ਼ੁਰੂ ਕਰਨੇ, ਕਮਿਊਨਿਟੀ ਐਕਸ਼ਨ ਟੀਮ ਇਹ ਜਿਹੜੀ ਤੁਹਾਡੇ ਵੱਲੋਂ ਇਹ ਇਸਟੈਬਲਿਸ਼ਮੈਂਟ ਕ੍ਰੀਏਟ ਕੀਤੀ ਗਈ ਹੈ, ਇਹ ਹੈ ਕੀ, ਇਹਦਾ ਰੋਲ ਕੀ ਹੈਗਾ? ਕਮਿਊਨਿਟੀ ਐਕਸ਼ਨ ਟੀਮ ਆਪਣੇ ਸਿਟੀ ਆਫ ਸਰੀ ਦੇ ਆਸਪੈਸਿਸ ਥੱਲੇ ਆ। ਹਰੇਕ ਜਿੰਨੇ ਵੀ ਸ਼ਹਿਰ ਨੇ ਆਪਣੇ ਲੋਅਰ ਮੇਨਲੈਂਡ, ਵੈਂਕੂਵਰ ਦੀ ਕਮਿਊਨਿਟੀ ਐਕਸ਼ਨ ਟੀਮ ਹੋਣੀ ਹੈ, ਰਿਚਮੰਡ ਦੀ ਵੀ, ਇਹਨਾਂ ਦੇ ਮੈਂਡੇਟ ਹੁੰਦੇ ਨੇ। ਜਿਹੜੇ ਵੀ ਕੁਛ ਚੈਲੰਜਸ ਨੇ ਹਰੇਕ ਸ਼ਹਿਰ 'ਚ, ਜਿਹੜੇ ਚੈਲੰਜਸ ਨੇ, ਹੋਮਲੈਸਨੈਸ ਹੋਵੇ, ਡਰੱਗਸ ਇਹ ਹੋਵੇ, ਉਹ ਉਸ ਚੀਜ਼ ਨੂੰ ਐਡਰੈਸ ਕਰਦੇ। ਜਿੰਨੇ ਵੀ ਸ਼ਹਿਰ 'ਚ ਪ੍ਰੋਫੈਸ਼ਨਲਸ ਨੇ ਜਿਨ੍ਹਾਂ ਦਾ ਐਕਸਪੀਰੀਅੰਸ ਹੈ ਇਸ ਚੀਜ਼ 'ਚ, ਜਾਂ ਜਿਨ੍ਹਾਂ ਦਾ ਲਿਵਡ ਐਕਸਪੀਰੀਅੰਸ, ਉਹਨਾਂ ਨੂੰ ਇਕੱਠੇ ਕਰਕੇ ਵੀ ਇਹਦਾ ਇਲਾਜ ਕੀ ਹੋ ਸਕਦਾ, ਉਹ 'ਚੋਂ ਸੋਲੂਸ਼ਨਸ ਨਿਕਲਦੇ ਹੁੰਦੇ ਨੇ। ਉਸੇ ਤਰ੍ਹਾਂ ਵੀ ਸਾਡੇ ਸਾਹਮਣੇ ਆ ਜਿਹੜੀ ਓਪੀਓਇਡਸ ਐਪੀਡੈਮਿਕ ਚੱਲ ਰਹੀ ਹੈ ਵਾਈਡਰ ਕਮਿਊਨਿਟੀ 'ਚ, ਦੁਨੀਆ 'ਚ ਹੀ ਚੱਲਦੀ ਸਗੋਂ, ਉਹ ਸਾਡੇ ਸਾਹਮਣੇ ਆ ਚੁੱਕਿਆ ਸੀਗਾ ਕੁਛ ਸਾਲ ਪਹਿਲਾਂ। ਹੌਲੀ ਹੌਲੀ ਜਿਵੇਂ ਜਿਸ ਤਰੀਕੇ ਨਾਲ ਹੋਣਾ ਚਾਹੀਦਾ, ਰੀਸਰਚ ਹੋਣ ਲੱਗ ਗਈ, ਡਾਟਾ ਅਨਾਲਿਸਿਸ ਹੋਣ ਲੱਗ ਗਿਆ, ਅੱਡ ਅੱਡ ਮੈਥਡੋਲੋਜੀਜ਼ ਹੁੰਦੇ ਨੇ, ਏਜੰਸੀਜ਼ ਵੀ ਹੁੰਦੇ ਨੇ, ਅਤੇ ਸਭ ਨੇ ਕੰਟਰੀਬਿਊਟ ਕੀਤਾ, ਸਟੈਟ ਸਕੈਨ ਤੋਂ ਲੈ ਕੇ ਫੈਡਰਲ ਲੈਵਲ 'ਤੇ, BC ਸੈਂਟਰ ਆਫ ਡਿਜ਼ੀਜ਼ ਕੰਟਰੋਲ, ਫਰੇਜ਼ਰ ਹੈਲਥ, ਖਾਸ ਸਿਟੀ ਵੱਲੋਂ ਅਪੁਆਇੰਟ ਕੀਤੇ ਹੋਏ ਨੇ ਜਿਹੜੇ ਆਪਣੀ ਫਾਇਰ ਸਰਵਿਸ ਆ ਵੀ ਇਸ ਐਪੀਡੈਮਿਕ ਨੂੰ ਐਡਰੈਸ ਕਰਨ ਨੂੰ ਸਿਟੀ ਆਫ ਸਰੀ ਜਿੱਥੇ ਇਸ਼ੂਜ਼ ਨੇ। ਸੋ ਉਹ ਸਾਰੇ ਇਕੱਠੇ ਹੋ ਕੇ ਫਿਰ ਫਾਈਨਲੀ ਕੀ ਹੋਇਆ, ਜਦੋਂ ਅਸੀਂ ਡਾਟਾ ਦੇਖਿਆ ਸਾਨੂੰ ਇਹ ਵੀ ਪਤਾ ਲੱਗ ਗਿਆ ਵੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਹੈ ਇਹ ਤਕਰੀਬਨ ਹੈ ਨਵੀਂ ਚੀਜ਼, ਕਮਿਊਨਿਟੀ ਦੀ ਅਵੇਅਰਨੈਸ ਜੀ ਪ੍ਰੈਵਲੈਂਸ ਤਾਂ ਹੈ ਪਰ ਜਿਹੜੀ ਅਵੇਅਰਨੈਸ ਹੁੰਦੀ ਵੀ ਹੈ ਕੀ ਚੀਜ਼, ਉਹ ਘੱਟ ਸੀਗੀ। ਸੋ ਉਸ ਚੀਜ਼ ਨੂੰ ਐਡਰੈਸ ਕਰਨ ਨੂੰ ਇੱਕ ਸਬ ਕਮੇਟੀ ਫੋਰਮ ਹੋਈ ਸੀਗੀ। ਜਿਹੜੀ ਸਬ ਕਮੇਟੀ ਆ ਉਹਨਾਂ ਨੇ ਫਿਰ ਇਕੱਠੇ ਹੋ ਕੇ, ਅਸੀਂ ਗੁਰਕੀਰਤ ਹੁਣੀ ਵੀ ਸ਼ਾਮਿਲ ਸੀਗੀ ਉੱਥੇ, ਵੀ ਐਗਜੈਕਟਲੀ ਬੈਸਟ ਤਰੀਕਾ ਕੀ ਹੋ ਸਕਦਾ ਕਮਿਊਨਿਟੀ ਨੂੰ ਇਨਫੋਰਮ ਕਰਨ ਨੂੰ, ਜ਼ਿਆਦਾ ਡਾਟਾ ਹੈਵੀ ਨਾ ਹੋਵੇ, ਜ਼ਿਆਦਾ ਫੋਕਸ ਡਾਟਾ 'ਤੇ ਨਾ ਹੋਵੇ, ਵੀ ਐਗਜੈਕਟਲੀ ਜਿਹੜੇ ਇਹਦੇ ਸਿਮਟਮਸ ਨੇ ਜਾਂ ਇਹਦੇ ਅਗਾਂਹ ਅਸਰ ਕੀ ਹੋ ਸਕਦੇ ਨੇ ਪਰਿਵਾਰ 'ਚ ਜਾਂ ਵਾਈਡਰ ਸੁਸਾਇਟੀ 'ਚ, ਉਹ ਕੀ ਨੇ। ਸੋ ਉਹ ਜਿਹੜੀ ਕਮੇਟੀਜ਼ ਨੇ ਫੋਕਸ ਜ਼ਿਆਦਾ ਉਸ ਸਾਈਡ 'ਤੇ ਰੱਖਿਆ ਸੀ। ਓਕੇ, ਥੋੜ੍ਹਾ ਜਿਹਾ ਆਪਣੇ ਦਰਸ਼ਕਾਂ ਲਈ ਹੋਰ ਇਸਨੂੰ ਥੋੜ੍ਹਾ ਈਜ਼ੀ ਬਣਾਉਣ ਲਈ, ਤੁਸੀਂ ਐਡਿਕਸ਼ਨਸ ਕਾਉਂਸਲਰ ਹੈਗੇ ਹੋ, ਸੋ ਜਦੋਂ ਓਪੀਓਇਡਸ ਦੀ ਅਸੀਂ ਗੱਲ ਕਰਦੇ ਹਾਂ, ਓਪੀਓਇਡ ਕ੍ਰਾਈਸਿਸ ਦੀ ਗੱਲ ਕਰਦੇ ਹਾਂ, ਤਾਂ ਓਪੀਓਇਡਸ ਹੁੰਦੇ ਕੀ ਨੇ? ਕੀ ਸਿਰਫ ਜਿਸ ਤਰ੍ਹਾਂ ਸੁਣਿਆ ਜੀ ਡਰੱਗ ਯੂਜ਼ਰ ਅਸੀਂ ਕਹਿ ਦਿੰਦੇ ਹਾਂ, ਉਹ ਜਾਂ ਕੁਝ ਹੋਰ ਹੁੰਦਾ ਜੀ? ਜੀ, ਓਪੀਓਇਡਸ ਇੱਕ ਕਿਸਮ ਦੇ ਨਸ਼ੇ ਹੀ ਹੁੰਦੇ ਨੇ ਜੀ, ਜਿਹਦੇ ਵਿੱਚ ਤੁਸੀਂ ਹੈਰੋਇਨ ਲਾ ਲਓ, ਕ੍ਰੈਕ ਲਾ ਲਓ, ਸਮੈਕ ਲਾ ਲਓ, ਸੋ ਇੱਦਾਂ ਦੇ ਕਈ ਡਰੱਗਸ ਆ ਜਾਂਦੇ ਨੇ। ਰਾਈਟ, ਅਤੇ ਉਹ ਸਾਰਿਆਂ ਬਾਰੇ ਜਿਹੜੀ ਐਜ਼ ਐਨ ਜਦ ਮੈਂ ਅਪੁਆਇੰਟ ਹੋਇਆ ਸੀ ਇਹਦੇ ਵਿੱਚ, ਐਜ਼ ਐਨ ਕਲਚਰਲੀ ਐਸਪੈਕਟਸ ਕੀ ਆ ਜਾਂਦੇ ਨੇ ਇਹਦੇ ਵਿੱਚ, ਕਿ ਵੀ ਕਿਉਂ ਆਪਣੇ ਮੁੰਡੇ ਇਹਦੇ ਵਿੱਚ ਲੱਗ ਰਹੇ ਨੇ ਜਾਂ ਕੁੜੀਆਂ ਲੱਗ ਰਹੀਆਂ ਨੇ। ਰਾਈਟ ਜੀ, ਸੋ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਰ ਇੱਕ ਕਮਿਊਨਿਟੀ 'ਚ ਪ੍ਰੈਵਲੈਂਟ ਹੈ, ਲੇਕਿਨ ਅੱਜ ਅਸੀਂ ਫੋਕਸ ਕਰਾਂਗੇ ਸਾਊਥ ਏਸ਼ੀਅਨਸ ਉੱਤੇ, ਕਿਉਂਕਿ ਤੁਸੀਂ ਦੋਨੋਂ ਹੀ ਇਹਦੇ ਉੱਤੇ ਫੋਕਸ ਕਰੋ, ਤੁਹਾਡੀ ਕੈਟ ਟੀਮ ਜਿਹੜੀ ਹੈਗੀ ਹੈ ਉਹ ਇਹਦੇ ਲਈ ਹੀ ਜਿਹੜੇ ਤੁਸੀਂ ਸੈਮੀਨਾਰਸ ਕਰਾ ਰਹੇ ਹੋ ਅਤੇ ਲੋਕਾਂ ਨੂੰ ਇਨਵੋਲਵ ਕਰ ਰਹੇ ਹੋ, ਕਿੰਨੀ ਕੁ ਪ੍ਰੈਵਲੈਂਸ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਜਾਂ ਜੇ ਮੈਂ ਕਹਾਂ ਇੰਡੋ ਕੈਨੇਡੀਅਨ ਭਾਈਚਾਰੇ ਵਿੱਚ ਤੁਸੀਂ ਗੁਰਕੀਰਤ ਦੇਖ ਰਹੇ ਹੈਗੇ ਹੋ, ਕੀ ਇਹ ਬਹੁਤ ਵੱਡਾ ਕ੍ਰਾਈਸਿਸ ਹੈ ਇੱਥੇ, ਕੀ ਲੋਕਾਂ ਨੂੰ ਬਿਲਕੁਲ ਚਿੰਤਿਤ ਹੋ ਜਾਣਾ ਚਾਹੀਦਾ, ਜਾਂ ਅਜੇ ਵੀ ਇਹ ਜਿਹਨੂੰ ਕਹਿੰਦੇ ਨੇ ਜੀ ਕਿ ਟਾਈਡ ਹੈਜ਼ ਨੋਟ ਗੋਨ ਓਵਰ, ਅਤੇ ਅਜੇ ਵੀ ਕੰਟਰੋਲ ਕੀਤੀ ਜਾ ਸਕਦੀ? ਨਹੀਂ, ਕੰਟਰੋਲ ਤਾਂ ਆਫਕੋਰਸ ਕੀਤੀ ਜਾ ਸਕਦੀ ਹੈ, ਬਸ ਥੋੜ੍ਹੀ ਜਿਹੀ ਅਵੇਅਰਨੈਸ ਦੀ ਲੋੜ ਹੈ। ਰਾਈਟ, ਅਤੇ ਜਿੱਦਾਂ ਜਿੱਦਾਂ ਉਹ ਅਵੇਅਰਨੈਸ ਆਊਗੀ ਅਤੇ ਜਿੱਦਾਂ ਜਿੱਦਾਂ ਆਪਣੀਆਂ ਫੈਮਲੀਆਂ ਇੱਕ ਸ਼ੈਲ 'ਚੋਂ ਬਾਹਰ ਨਿਕਲਣਗੀਆਂ, ਹਲੇ ਉਹ ਸ਼ੈਲ 'ਚ ਹੀ ਬੈਠੀਆਂ ਨੇ ਕਿ ਵੀ ਸਾਡੇ ਮੁੰਡੇ ਨੂੰ ਨਹੀਂ ਇਹ ਹੋ ਸਕਦਾ, ਸਾਡੀ ਭੈਣ ਨੂੰ ਨਹੀਂ, ਸਾਡੇ ਭਰਾ ਨੂੰ ਨਹੀਂ ਇਹ ਹੋ ਸਕਦਾ, ਰਾਈਟ, ਜਦ ਉਹ ਸ਼ੈਲ ਤੋਂ ਬਾਹਰ ਨਿਕਲ ਕੇ ਇੱਕ ਹੈਲਪ ਦਾ ਇੱਕ ਹੱਥ ਅੱਗੇ ਵਧਾਉਣਗੇ, ਅਤੇ ਉੱਦਾਂ ਉੱਦਾਂ ਇਹ ਕ੍ਰਾਈਸਿਸ
ਦੀ ਪਰਸੈਂਟੇਜ ਥੱਲੇ ਆਈ ਜਾਊਗੀ। ਰਾਈਟ। ਸੋ ਉਪਕਾਰ ਜੀ, ਤੁਸੀਂ ਵੀ ਕਮਿਊਨਿਟੀ ਵਿੱਚ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਹੈਗੇ ਹੋ, ਅਤੇ ਤੁਹਾਡਾ ਕੀ ਪਰਸਪੈਕਟਿਵ ਹੈਗਾ, ਤੁਸੀਂ ਕਮਿਊਨਿਟੀ ਵਿੱਚ ਕੀ ਦੇਖ ਰਹੇ ਹੋ? ਜਿਸ ਤਰ੍ਹਾਂ ਗੁਰਕੀਰਨ ਨੇ ਬੜੀ ਇੰਪੋਰਟੈਂਟ ਗੱਲ ਕੀਤੀ ਕਿ ਅਸੀਂ ਅਜੇ ਵੀ ਉਸ ਸ਼ੈਲ ਦੇ ਅੰਦਰ ਹੀ ਹੈਗੇ ਹਾਂ, ਅੱਖਾਂ ਮੀਚ ਕੇ ਅਸੀਂ ਬੈਠੇ ਹਾਂ ਕਿ ਨਹੀਂ ਸਾਨੂੰ ਨਹੀਂ ਕੁਝ ਹੋਣਾ, ਇਹ ਤਾਂ ਦੂਸਰਿਆਂ ਨੂੰ, ਜਾਂ ਜਿਹੜੇ ਕੁਝ ਲੋਕ ਗਲਤ ਰਾਹਾਂ 'ਤੇ ਤੁਰਦੇ ਨੇ ਉਹੀ ਕਰ ਸਕਦੇ ਨੇ। ਜਿਹੜੇ ਅੰਕੜੇ ਨੇ ਉਹਦੇ 'ਚ ਕੁਝ ਹੋਰ ਪੇਸ਼ ਹੋ ਰਿਹਾ ਜੀ? ਦੇਖੋ ਜੀ, ਜਿਹੜੇ ਆਪਾਂ ਜੇ ਡਾਟਾ ਸਟੈਂਡਪੁਆਇੰਟ ਤੋਂ ਦੇਖੀਏ, 2010 'ਚ ਸਪਾਈਕਸ ਹੋਣ ਲੱਗ ਗਏ ਰਾਈਟ ਇਸ ਰੀਜਨ 'ਚ। ਉਹ ਇਨਕਰੀਸ ਇਹੋ ਜਿਹੀ ਹੋਈ ਵੀ ਜਦੋਂ ਮੇਨ ਇਹਦਾ ਪੀਕ ਪੀਰੀਅਡ ਸੀਗਾ 2017 'ਚ, ਸੋ 7 ਸਾਲ ਦੇ ਵਿੱਚ ਜਿਹੜੇ ਡੈਥਸ ਬਾਏ ਓਵਰਡੋਸ ਇਲੀਗਲ ਸਬਸਟੈਂਸਿਸ, ਉਹ ਆਊਟਸਟ੍ਰਿਪ ਕਰ ਗਏ ਜਿਹੜੇ ਹੋਰ ਤਰੀਕੇ, ਹੋਮਸਾਈਡ ਹੋ ਗਿਆ, ਸੁਸਾਈਡ ਹੋ ਗਿਆ, ਨੰਬਰ 1 ਇੱਕਦਮ ਇਹ 7 ਸਾਲ ਪੀਰੀਅਡ ਦੇ ਵਿੱਚ ਓਵਰਡੋਸ ਬਣ ਗਿਆ। ਰਾਈਟ। ਉਹ ਕੀ ਹੋਇਆ, ਜਿਵੇਂ ਗੁਰਕੀਰਤ ਹੁਣੀ ਕਹਿੰਦੇ ਸੀ ਵੀ ਜਿਹੜੇ 7 ਸਾਲ ਦੇ ਵਿੱਚ ਵਿੱਚ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਹੈ, ਮੇਰੇ ਕੋਲ ਐਨੈਕਡੋਟਲ ਐਵੀਡੈਂਸ ਵੀ ਆਉਣ ਲੱਗ ਗਈ, ਕਿਉਂਕਿ ਜਿਹੜੇ ਅਸੀਂ ਗ੍ਰੈਸ ਰੂਟਸ ਕੰਮ ਵੀ ਕਰਦੇ ਹਾਂ, ਲੋਕ ਆ ਕੇ ਕਹਿਣ ਲੱਗ ਗਏ ਵੀ ਫਲਾਨੇ ਦੀ ਡੈਥ ਹੋ ਗਈ, ਚੰਗਾ ਭਾੜਾ ਸੀਗਾ, ਆਪਾਂ ਹਰੇਕ ਨੇ ਸੁਣੀ। ਹਾਂਜੀ, ਇੱਕਦਮ ਹੀ ਬੈਠੇ ਬੈਠੇ ਬਸ ਅਚਾਨਕ, ਖਾਸ ਜੋ ਮੇਰੇ ਵਰਗੇ ਨੂੰ, ਮੇਰੀ ਉਮਰ ਦੀ, ਮੇਰੇ ਹਾਣ ਦੇ ਜਾਂ ਮੇਰੇ ਪ੍ਰੋਫੈਸ਼ਨਲ ਕਪੈਸਿਟੀ 'ਚ ਉਹ ਲੋਕ, ਉਹਨਾਂ ਦੀ ਡੈਥ ਹੋਣ ਲੱਗ ਗਈ, ਹੈਰਾਨੀ ਹੁੰਦੀ ਹੈ ਵੀ ਕੀ ਚੱਲ ਰਿਹਾ। ਉਦੋਂ ਨਾਲ ਉਹਦੇ ਨਾਲ ਤੁਸੀਂ ਫਿਰ ਜਦੋਂ ਡਾਟਾ ਦੇਖਣ ਲੱਗ ਜਾਂਦੇ ਵੀ ਐਕਚੁਅਲੀ ਜਿਹੜਾ ਟਰੂਥ ਹੈ ਹੋਰ ਹੁੰਦਾ, ਸੋ ਇੱਥੋਂ ਪਤਾ ਲੱਗ ਜਾਂਦਾ ਵੀ ਜਿਹੜੀ ਐਨੈਕਡੋਟਲ ਐਵੀਡੈਂਸ ਹੈ ਅਤੇ ਜਿਹੜਾ ਡਾਟਾ, ਜਦੋਂ ਉਹਨਾਂ ਦੀ ਮਿਲਦੀ ਨਹੀਂ ਹੈਗੀ ਵੀ ਮੇ ਬੀ ਕੁਛ ਪ੍ਰੋਬਲਮ ਹੈਗੀ ਹੈ ਸੁਸਾਇਟੀ 'ਚ, ਕਲਚਰ 'ਚ, ਵੀ ਜੇ ਆਪਾਂ ਗੱਲਬਾਤ ਸਿੱਧੀ ਨਹੀਂ ਕਰਦੇ ਇੱਕ ਦੂਜੇ ਨਾਲ। ਸੋ ਕੁਛ ਇਵੈਂਟ ਜਿਹੜਾ ਅਸੀਂ ਪਿੱਛੇ ਕੀਤਾ ਸੀ 2 ਹਫ਼ਤੇ ਪਹਿਲਾਂ ਬੇਅਰ ਕ੍ਰੀਕ ਪਾਰਕ 'ਚ, ਜਾਂ ਜਿਹੜੇ ਫਿਊਚਰ ਇਵੈਂਟਸ ਹੋਣਗੇ, ਮੇਨ ਉਹਨਾਂ ਦਾ ਫੋਕਸ ਇਹੀ ਹੈ ਵੀ ਜਿਹੜੇ ਇਹ ਕੰਧਾਂ ਆਪਾਂ ਖੜਾਈਆਂ ਹੋਈਆਂ ਵੀ ਇਹ ਬਿਲਕੁਲ ਗੱਲ ਮਨਾ ਕਰਨੀ ਨਹੀਂ ਆਪਾਂ ਘਰ 'ਚ, ਉਹਨੂੰ ਢਾ ਕੇ ਹੌਲੀ ਹੌਲੀ ਆਰਾਮ ਨਾਲ, ਤਾਂ ਕਿ ਹਰੇਕ ਨੂੰ ਇਹ ਨਾ ਹੋਵੇ ਸ਼ੌਕਿੰਗ ਲੱਗੇ। ਕਿਉਂਕਿ ਜਿਹੜੇ ਤੁਸੀਂ ਪੁੱਛ ਰਹੇ ਸੀ ਵੀ ਕ੍ਰਾਈਸਿਸ ਪੁਆਇੰਟ 'ਤੇ ਆਪਾਂ ਹੈਗੇ, ਨਹੀਂ ਜੀ ਬਿਲਕੁਲ ਨਹੀਂ, ਆਪਣੀ ਕਮਿਊਨਿਟੀ 'ਚ ਪ੍ਰੋਬਲਮ ਹੈ ਜਿਵੇਂ ਹੋਰ ਕਮਿਊਨਿਟੀ 'ਚ ਵੀ ਹੈ। ਆਪਣੇ ਮੈਨੂੰ ਲੱਗਦਾ ਆਪਣਾ ਫਰਜ਼ ਵੀ ਬਣਦਾ ਵੀ ਜਿਹੜੀ ਆਪਣੀ ਕਮਿਊਨਿਟੀ ਹੈ ਉਹਨੂੰ ਚੰਗੀ ਤਰ੍ਹਾਂ ਦੱਸੀਏ ਵੀ ਹੈ ਕੀ ਐਗਜੈਕਟਲੀ। ਬਿਲਕੁਲ। ਸੋ ਗੁਰਕੀਰਤ, ਤੁਸੀਂ ਜਿਹੜੀ ਗੱਲ ਕੀਤੀ ਉਹ ਬਹੁਤ ਜ਼ਰੂਰੀ ਹੈ ਸਮਝਣ ਲਈ ਕਿ ਕਾਰਨ ਕੀ ਨੇ ਜਿਹਦੇ ਕਾਰਨ ਕਰਕੇ ਨੌਜਵਾਨ ਜਾਂ ਈਵਨ ਮੱਧ ਵਰਗ ਦੇ ਲੋਕ ਜਾਂ ਈਵਨ ਐਲਡਰਸ ਵੀ ਜਿਹੜੇ ਨੇ ਉਹ ਇਸ ਕ੍ਰਾਈਸਿਸ ਦੇ ਵਿੱਚ ਜਾਂ ਫਸਦੇ ਜਾ ਰਹੇ ਨੇ। ਲੈਣੇ ਇੱਕ ਬ੍ਰੇਕ, ਵਾਪਸ ਆ ਕੇ ਤੁਹਾਡੇ ਤੋਂ ਜਾਣਕਾਰੀ ਲਵਾਂਗੇ, ਕਿਉਂਕਿ ਤੁਸੀਂ ਆਪ ਵੀ ਇਸ ਦੌਰ 'ਚੋਂ ਲੰਘੇ ਹੈਗੇ ਹੋ। ਸੋ ਧੰਨਵਾਦ ਤੁਹਾਡਾ ਕਿ ਤੁਸੀਂ ਬਾਹਰ ਆ ਕੇ ਇਹ ਗੱਲ, ਕਿਉਂਕਿ ਜਦੋਂ ਕਹਿੰਦੇ ਜੀ ਆਪਣਾ ਐਕਸਪੀਰੀਅੰਸ ਜਿਹੜਾ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ ਵਾਲੀ ਗੱਲ ਆ ਜਾਂਦੀ ਹੈ ਕਿ ਤੁਸੀਂ ਜੋ ਪ੍ਰਭਾਵ ਪਾ ਸਕਦੇ ਹੋ ਉਸ ਵਿਅਕਤੀ 'ਤੇ ਜਿਹੜਾ ਕਿਸੇ ਕਾਰਨਾਂ ਕਰਕੇ ਇਸ ਵਿੱਚ ਫਸਿਆ ਹੈ, ਸ਼ਾਇਦ ਉਹ ਗੱਲਾਂ ਨਾਲ ਕੋਈ ਹੋਰ ਨਾ ਕਰ ਸਕੇ। ਸੋ ਇਸ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਹੋਰ ਗੱਲਬਾਤ ਕਰਦੇ। Karen thought she won a gift card, but we had a much bigger surprise for her. We rise by lifting others. The Sont Motors. ਅਵੇਅਰਨੈਸ ਇਜ਼ ਦਾ ਆਂਸਰ ਟੂ ਆਲ ਦ ਪ੍ਰੋਬਲਮਸ। ਅਸੀਂ ਆਮ ਤੌਰ 'ਤੇ ਕਿਹਾ ਕਰਦੇ ਹਾਂ ਕਿ ਜਿਉਂ ਜਿਉਂ ਅਵੇਅਰਨੈਸ ਵਧੇਗੀ ਤਿਉਂ ਤਿਉਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਦਾ ਹੱਲ ਵੀ ਲੱਭਿਆ ਜਾਏਗਾ। ਇਸੇ ਕਰਕੇ ਕੈਟ ਟੀਮ ਜੋ ਹੈਗੀ ਇਹ ਕੋਸ਼ਿਸ਼ ਕਰ ਰਹੀ ਹੈ ਲੋਕਾਂ ਵਿੱਚ ਹੋਰ ਚੇਤਨਤਾ ਲਿਆਉਣ ਦੀ ਥਰੂ ਵੱਖਰੇ ਵੱਖਰੇ ਸੈਸ਼ਨਸ ਕਰਕੇ, ਜਿਹਦੇ 'ਚ ਕਿ ਐਕਸਪਰਟਸ ਆ ਕੇ ਗੱਲਬਾਤ ਕਰਦੇ ਨੇ ਅਤੇ ਦੱਸਦੇ ਨੇ ਕਿ ਕੀ ਕਾਰਨ ਹਨ ਜਿਹਦੇ ਕਾਰਨ ਇਹ ਸਭ ਕੁਝ ਗੜਬੜ ਹੋ ਰਹੀ ਹੈ। ਇਸੇ ਸੰਬੰਧ ਵਿੱਚ ਗੁਰਕੀਰਤ ਸਿੰਘ ਅਤੇ ਨਾਲ ਉਪਕਾਰ ਤਤਲੇ ਸਾਡੇ ਨਾਲ ਬ੍ਰੇਕ ਤੋਂ ਪਹਿਲਾਂ ਜੋ ਦੱਸ ਰਹੇ ਸੀ ਉਸ ਵਿੱਚ ਮੁੜ ਤੋਂ ਤੁਹਾਨੂੰ ਸ਼ਾਮਿਲ ਕਰਦੇ। ਸੋ ਬ੍ਰੇਕ ਤੋਂ ਪਹਿਲਾਂ ਮੇਰੇ ਕੋਲ ਤੁਹਾਡਾ ਸਵਾਲ, ਜਿਹੜਾ ਤੁਸੀਂ ਗੱਲ ਕੀਤੀ ਸੀ ਕਿ ਕਾਰਨ ਕੀ ਨੇ ਸਾਡੇ ਨੌਜਵਾਨ ਜਾਂ ਵੱਧ ਜਿਹੜੇ ਵੀ ਲੋਕ ਇਸ ਵਿੱਚ ਆ ਰਹੇ ਨੇ, ਕੀ ਤੁਸੀਂ ਡਿਡਕਟ ਕੀਤਾ ਹੈ? ਜੀ ਐਕਚੁਅਲੀ ਕਈ ਐਸਪੈਕਟਸ ਇਹਦੇ ਹੋ ਜਾਂਦੇ ਨੇ। ਜਿਹੜਾ ਮੈਂ ਆਪਣੇ ਪਰਸਨਲੀ ਜੇ ਲਾਵਾਂ, ਜਿਹੜਾ ਮੇਰਾ ਪਰਸਨਲ ਸੀਗਾ ਅਤੇ ਜਿਹੜੀ ਮੈਂ ਕਾਫੀ ਲੋਕਾਂ ਦੇ ਵਿੱਚ ਸਿਮਿਲੈਰਿਟੀ ਦੇਖਦਾ ਹਾਂ, ਉਹ ਸਭ ਤੋਂ ਪਹਿਲਾਂ ਦੇਖਦਾ ਲੋਅ ਸੈਲਫ ਅਸਟੀਮ। ਰਾਈਟ। ਫੈਮਿਲੀ ਨੇ, ਫੈਮਿਲੀਜ਼ ਐਜ਼ ਐਨ ਹੋਲ ਕਦੀ ਵੀ ਡਿਸਕਸ ਨਹੀਂ ਕਰਦੀਆਂ ਐਜ਼ ਐਨ ਨੈਗੇਟਿਵ। ਉਹ ਸਿਰਫ ਇਹ ਕਹਿ ਦਿੰਦੀ ਆ ਇਹ ਚੀਜ਼ ਨਹੀਂ ਕਰਨੀ, ਕਿਉਂ ਨਹੀਂ ਕਰਨੀ, ਉਹਦੀ ਡਿਸਕਸ਼ਨ ਕਦੀ ਨਹੀਂ ਹੁੰਦੀ ਫੈਮਿਲੀ 'ਚ। ਸੋ ਇੱਕ ਬਹੁਤ ਹੀ ਇੱਕ ਕਲੋਜ਼ਡ ਟੋਪਿਕ ਰਹਿ ਜਾਂਦਾ, ਉਹਨੂੰ ਆਪਾਂ ਐਜ਼ ਐਨ ਓਪਨ ਟੋਪਿਕ ਨਹੀਂ ਬਣਾਉਂਦੇ ਕਿ ਵੀ ਕਿਉਂ, ਅਤੇ ਉਹਦੇ ਵਿੱਚ ਡਿਸਕਸ਼ਨ ਨਹੀਂ ਹੁੰਦੀ ਫੈਮਿਲੀਜ਼ ਦੇ ਵਿੱਚ, ਹੈ ਨਾ। ਅਤੇ ਜੇ ਕੋਈ ਫੈਮਿਲੀ ਦੇ ਵਿੱਚ ਇਹੋ ਜਿਹੀ ਚੀਜ਼ ਲਈ ਫਸ ਜਾਂਦਾ ਆ, ਸਿੰਪਲ ਜਿਹਾ ਉਦਾਹਰਣ ਦੇ ਕੇ ਕਹਿ ਦਿੱਤਾ ਜਾਂਦਾ ਕਿ ਵੀ ਉਹਦੇ ਕੋਲ ਨਹੀਂ ਜਾਣਾ, ਉਹ ਤੋਂ ਦੂਰ ਰਹਿਣਾ, ਨਹੀਂ ਤਾਂ ਤੂੰ ਵੀ ਹੋ ਜਾਣਾ। ਕਿਉਂ ਉਹਦੇ ਕੋਲ ਦੂਰ ਜਾਣਾ?
ਤੇ ਉਹਦੇ ਕੀ ਕਾਰਨ ਨੇ ਉਹ ਕਦੀ ਵੀ ਡਿਸਕਸ ਨਹੀਂ ਹੁੰਦੇ ਉਹ ਮਾੜਾ ਬੰਦਾ ਆ ਕਿਉਂਕਿ ਉਹ ਨਸ਼ੇ ਕਰਦਾ ਇਹ ਚੰਗਾ ਬੰਦਾ ਆ ਕਿਉਂਕਿ ਇਹ ਨਸ਼ੇ ਨਹੀਂ ਕਰਦਾ ਉਹ ਸਿੰਪਲ ਜਿਹੀ ਇੱਕ ਡਿਫਰੈਂਸ਼ੀਏਟ ਕਰ ਦਿੱਤਾ ਜਾਂਦਾ ਅਤੇ ਉਹ ਇੱਕ ਬਹੁਤ ਵੱਡਾ ਕਾਰਨ ਹੋ ਜਾਂਦਾ ਸਪੈਸ਼ਲੀ ਜੇ ਮੈਂ ਲਾਵਾਂ ਆਪਣੀ ਕਮਿਊਨਿਟੀ ਦੇ ਵਿੱਚ ਜੇ ਮੈਂ ਲਾਵਾਂ ਕਿ ਵੀ ਕਿਉਂ ਇਹਨਾਂ ਨੇ ਕਿਹਾ ਮੈਨੂੰ ਇਹ ਚੀਜ਼ ਮਨਾ ਕਿਉਂ ਕੀਤੀ ਆ ਕਿ ਵੀ ਇਹਦੇ ਵਿੱਚ ਹੈ ਕੀ ਉਹ ਇੱਕ ਜਿਹੜੀ ਐਕਸਾਈਟਮੈਂਟ ਆ ਇੱਕ ਜਿਹੜੀ ਕਿਉਰਿਓਸਿਟੀ ਆ ਉਹ ਇੱਕ ਬਹੁਤ ਵੱਧ ਜਾਂਦੀ ਆ ਸ਼ੁਰੂਆਤ ਲਈ ਸਿਰਫ ਸਟਾਰਟਿੰਗ ਪੁਆਇੰਟ ਲਈ ਉਹ ਸਟਾਰਟਿੰਗ ਪੁਆਇੰਟ ਕਿੱਦਾਂ ਕਿੱਦਾਂ ਉਹ ਦਲਦਲ ਦੇ ਵਿੱਚ ਫਸੀ ਜਾਂਦਾ ਉਹਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਰਾਈਟ ਜੀ ਸੋ ਇਹਦਾ ਮਤਲਬ ਕਿ ਘਰ ਦੇ ਵਿੱਚ ਜਿਹੜਾ ਮਾਹੌਲ ਹੈਗਾ ਤੁਹਾਡਾ ਉਹ ਇੱਕ ਓਪਨਨੈਸ ਦਾ ਮਾਹੌਲ ਹੋਣਾ ਚਾਹੀਦਾ ਜਿਹਦੇ ਨਾਲ ਕਿ ਬੱਚਾ ਅਤੇ ਮਾਂ ਬਾਪ ਜਾਂ ਜਿਹੜੇ ਵੀ ਘਰ ਦੇ ਵਿੱਚ ਬੰਦੇ ਨੇ ਉਹ ਇੱਕ ਦੂਸਰੇ ਦੇ ਉੱਤੇ ਟਰੱਸਟ ਕਰ ਸਕਣ ਅਤੇ ਦਿਲ ਦੀ ਗੱਲ ਜਿਹੜੀ ਉਹ ਅੱਗੇ ਲਿਆ ਸਕਣ ਜੀ ਪਰ ਇਹ ਆਮ ਤੌਰ ਉੱਤੇ ਸਾਡੇ ਘਰਾਂ 'ਚ ਤਾਂ ਬਹੁਤ ਘੱਟ ਹੁੰਦਾ ਕਿਉਂਕਿ ਜਿਹੜਾ ਵੱਡਾ ਉਹੀ ਸਮਝਦਾ ਕਿ ਛੋਟੇ ਨੂੰ ਵੀ ਪਤਾ ਹੈ ਅਤੇ ਮੈਨੂੰ ਹੀ ਸਭ ਕੁਝ ਪਤਾ ਹੈ ਸੋ ਪ੍ਰੋਬੇਬਲੀ ਬਾਰ ਬਾਰ ਜਦੋਂ ਸ਼ਟ ਡਾਊਨ ਕੀਤਾ ਜਾਂਦਾ ਹੈ ਉਹਦੇ ਕਾਰਨ ਕੀ ਤੁਸੀਂ ਸਮਝਦੇ ਹੋ ਕਿ ਇੱਕ ਜਦੋਂ ਐਵਨਿਊ ਮਿਲਦੀ ਹੈ ਤਾਂ ਬੱਚਾ ਭੱਜ ਪੈਂਦਾ ਜੀ ਸਭ ਤੋਂ ਪਹਿਲਾਂ ਤਾਂ ਇਹਦਾ ਇਲਾਜ ਸਿੰਪਲ ਜਿਹਾ ਲੱਭਿਆ ਜਾਂਦਾ ਕਿ ਵੀ ਕੁੱਟ ਦਿਓ ਇਹਨੂੰ ਦੋ ਥੱਪੜ ਮਾਰੋ ਇਹਨੇ ਸੁਧਰ ਜਾਏਗਾ ਬਟ ਉਹ ਸਹੀ ਇਲਾਜ ਨਹੀਂ ਹੈਗਾ ਰਾਈਟ ਹੈਨਾ ਕਿਉਂਕਿ ਹੁਣ ਉਹ ਸੱਟਾਂ ਆਲਰੇਡੀ ਕਈ ਉਹ ਖਾ ਚੁੱਕਾ ਐਜ਼ ਐਨ ਭਾਵਨਾਤਮਕ ਤੌਰ 'ਤੇ ਮਾਨਸਿਕ ਤੌਰ 'ਤੇ ਉਹ ਕਈ ਸੱਟਾਂ ਖਾ ਚੁੱਕਾ ਸਿਰਫ ਸਰੀਰਕ ਤੌਰ 'ਤੇ ਉਹਦੇ ਹੋਰ ਸੱਟਾਂ ਮਾਰਨ ਨਾਲ ਕੁਛ ਨਹੀਂ ਹੋਣ ਲੱਗਾ ਕਿਉਂਕਿ ਉਹ ਹੱਦ ਉਹ ਟੱਪ ਚੁੱਕਾ ਕਿਉਂਕਿ ਨਸ਼ਾ ਜੋ ਉੱਤੋਂ ਕਰਵਾਊਗਾ ਉਹ ਕਰੂਗਾ ਠੀਕ ਹੈਨਾ ਅਤੇ ਉਹ ਸਹੀ ਅਤੇ ਗਲਤ ਦੇ ਵਿੱਚ ਫਰਕ ਵਾਲਾ ਉਹਦੇ ਰਿਹਾ ਨਹੀਂ ਉਹਦੇ ਵਿੱਚ ਅਤੇ ਉਹਨੂੰ ਐਜ਼ ਐਨ ਸਰੀਰਕ ਤੌਰ 'ਤੇ ਕਰ ਦੇਣਾ ਉਹ ਬਹੁਤ ਹੀ ਇੱਕ ਤੁਸੀਂ ਕਹਿ ਲਓ ਬਲਕਿ ਗਲਤ ਹੋਰ ਇੰਪੈਕਟ ਉਹਦਾ ਮਾੜਾ ਪੈ ਜਾਣਾ ਮਾੜਾ ਇਹਦੇ ਬਾਰੇ ਹੋਰ ਗੱਲਬਾਤ ਕਰਦੇ ਹਾਂ ਪਰ ਉਪਕਾਰ ਜੀ ਇਹ ਦੱਸੋ ਕਿ ਤੁਸੀਂ ਹਾਲ ਹੀ ਵਿੱਚ ਇੱਕ ਸੈਸ਼ਨ ਕੀਤਾ ਸੀ ਉਹਦੇ ਵਿੱਚ ਜਿਹੜੇ ਤੁਸੀਂ ਇਹਨਾਂ ਸੈਸ਼ਨਸ ਦੇ ਵਿੱਚ ਐਕਸਪਰਟਸ ਵੀ ਤੁਹਾਡੇ ਆਏ ਸੀ ਅਤੇ ਤੁਸੀਂ ਸਾਰਾ ਕਮਿਊਨਿਟੀ ਨਾਲ ਜੋ ਗੱਲਬਾਤ ਕੀਤੀ ਕੁਛ ਵੱਖਰਾ ਜੋ ਤੱਥ ਨਿਕਲੇ ਹੋਣ ਜਾਂ ਤੁਸੀਂ ਐਨਾਲਾਈਜ਼ ਕੀਤਾ ਉਹ ਸ਼ੇਅਰ ਕਰਨਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਸ਼ੋਰ ਮੇਨ ਉਹਦਾ ਪਰਪਸ ਅਸੀਂ ਉਹਨੂੰ ਨਾਂ ਵੀ ਰੱਖਿਆ ਸੀ ਡਾਇਲੋਗ ਰਾਈਟ ਪਹਿਲਾ ਕਦਮ ਡਾਇਲੋਗ ਜਿਹੜੇ ਗਾਂ ਹੋਣਗੇ ਉਹ 'ਚੋਂ ਅੱਡ ਅੱਡ ਉਹਦੀ ਥੀਮ ਹੋ ਗਈ ਪਰ ਜਿਹੜਾ ਡਾਇਲੋਗ ਅਸੀਂ ਫਸਟ ਰੱਖਿਆ ਸੀ ਉਹਦਾ ਤਾਂ ਸੀ ਵੀ ਜਿਹੜੀ ਕਮਿਊਨਿਟੀ ਆ ਕਮਿਊਨਿਟੀ ਵੱਲੋਂ ਵੀ ਫੀਡਬੈਕ ਮਿਲੇ ਸਨ ਸੋ ਜਿਹੜੀ ਸੰਗਤ ਆਪਣੀ ਕਮਿਊਨਿਟੀ ਇਕੱਠੀ ਹੋਈ ਸੀ ਉਸ ਦਿਨ ਬੇਅਰ ਕ੍ਰੀਕ ਪਾਰਕ 'ਚ ਸ਼ੁਰੂ 'ਚ ਅਸੀਂ ਜਿਹੜੇ ਮਿਨਿਸਟਰ ਨੇ ਜੂਡੀ ਡਾਰਸੀ ਉਹ ਫਸਟ ਮੇਰਾ ਖਿਆਲ ਕੈਨੇਡਾ 'ਚ ਮਿਨਿਸਟਰ ਨੇ ਮੈਂਟਲ ਹੈਲਥ 'ਤੇ ਉਹਨਾਂ ਨੇ ਸ਼ੁਰੂ ਕੀਤਾ ਉਹਨਾਂ ਨੇ ਇਹੀ ਕਿਹਾ ਵੀ ਹਾਂ ਜ਼ਰੂਰ ਜਿਵੇਂ ਇਸ ਕਮਿਊਨਿਟੀ ਨੇ ਆਹ ਸਟੈਪ ਲਿਆ ਇਹੀ ਤਰੀਕੇ ਹੁੰਦੇ ਨੇ ਇਹ ਨਾ ਹੋਵੇ ਵੀ ਸਟੇਜ 'ਤੇ ਖੜ੍ਹੇ ਵੀ ਅਸੀਂ ਗੁਰਕੀਰਤ ਹੋਣੀ ਵੀ ਇੱਕ ਪੈਨਲ ਹੋਵੇ ਅਤੇ ਅਸੀਂ ਬੋਲੀ ਜਾਈਏ ਹੈ ਨਾ ਵੀ ਜ਼ਰੂਰ ਡਾਇਲੋਗ ਹੋ ਉਹ 'ਚ ਅਸੀਂ ਸਰਵੇਜ ਵੀ ਇਸ਼ੂ ਕੀਤੇ ਸੀ ਵੀ ਸਰਵੇ ਜ਼ਰੂਰ ਭਰਨੇ ਇਹ ਇਨਫੋਰਮ ਕਰਨਗੇ ਜਿਹੜੇ ਅਸੀਂ ਗਾਂਹ ਸਟੈਪਸ ਲੈਣੇ ਆ ਅਸੀਂ ਕੀ ਨੋਟਸ ਵੀ ਰੱਖੇ ਨੇ ਕੁਛ ਡਾਟਾ ਵੀ ਪ੍ਰਜੈਂਟ ਹੋਇਆ ਸੀ ਵਿਕੀ ਵਾਲਡਨ ਹੋਣੀ ਕੰਸਟਰਕਸ਼ਨ ਟ੍ਰੇਡਸ ਇੰਡਸਟਰੀ ਵੱਲੋਂ ਉਹਨਾਂ ਨੇ ਰੈਪ੍ਰਜੈਂਟ ਕੀਤਾ ਪੈਨਲ ਜਿਹੜਾ ਸੀ ਉਹ 'ਚ ਡਾਕਟਰ ਕਲੇਅਰ ਸ਼ਾਮਿਲ ਸੀਗੇ ਰੋਸ਼ਨੀ ਕਲੀਨਿਕ ਤੋਂ ਬਾਇਸ ਤਾਂ ਹੋਊਗਾ ਜੋ ਮੈਂ ਕਹੂੰਗਾ ਪਰ ਮੈਨੂੰ ਅਤੇ ਜਿਹੜਾ ਅਸੀਂ ਜਿਹੜਾ ਡਿਬਰੀਫ ਕੀਤੀ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਵੀ ਮੇਨ ਅਸਰ ਹੁੰਦਾ ਜਿਵੇਂ ਹੁਣ ਗੁਰਕੀਰਤ ਹੋਣਾ ਇਹ ਬੋਲੇ ਸੀ ਉਸ ਦਿਨ ਵੀ ਜਿਹੜੀ ਲਿਵਡ ਐਕਸਪੀਰੀਅੰਸ ਹੁੰਦੀ ਉਹਦੀ ਕੋਈ ਰੀਸ ਨਹੀਂ ਹੁਣ ਮੇਰੇ ਅਰਗੇ ਖੜ ਕੇ ਉੱਥੇ ਜੋ ਬਿਲਕੁਲ ਜੀ ਹਾਂ ਡਾਟਾ ਆਹ ਕਹਿ ਰਿਹਾ ਜੀ ਆਹ ਨੰਬਰਸ ਨੇ ਡਾਟਾ ਅੱਡ ਅੱਡ ਥਾਵਾਂ ਤੋਂ ਖੋਲ੍ਹ ਕੇ ਅਸੀਂ ਗੱਲ ਕਰ ਸਕਦੇ ਹਾਂ ਪਰ ਜਿਹੜਾ ਮੇਨ ਅਸਰ ਅਸੀਂ ਚਾਹੁੰਦੇ ਹਾਂ ਪੋਜ਼ਿਟਿਵ ਸਾਈਡ ਨੂੰ ਆਪਾਂ ਲੈ ਕੇ ਜਾਈਏ ਇਸ ਗੱਲ ਨੂੰ ਉਹ ਗੁਰਕਿਰਿਆ ਥੋੜ੍ਹਾ ਮੰਨੋ ਹੋਊਗਾ ਜਦ ਐਕਚੁਅਲ ਲਿਵਡ ਐਕਸਪੀਰੀਅੰਸ ਰਾਈਟ ਸੋ ਉਹ ਉਸ ਦਿਨ ਤੁਸੀਂ ਇਹਨਾਂ ਨੇ ਵੀ ਬੋਲੇ ਸੀ ਇਹ ਵੀ ਬੋਲੇ ਸੀ ਹਾਂਜੀ ਰਾਈਟ ਸੋ ਹੁਣ ਗੁਰਕਿਰਤ ਗੱਲ ਆਉਂਦੀ ਹੈ ਕਿ ਜਿਹੜਾ ਲਿਵਡ ਐਕਸਪੀਰੀਅੰਸ ਦੀ ਜਦੋਂ ਗੱਲ ਕਰਦੇ ਹਾਂ ਕਿ ਅਗੇਨ ਜੇ ਤੁਸੀਂ ਚਾਹੋ ਤਾਂ ਜ਼ਰੂਰ ਚਾਹੋਗੇ ਤੁਹਾਡੀ ਸਟੋਰੀ ਸ਼ੇਅਰ ਕਰਨੀ ਕਿਉਂਕਿ ਅਲਟੀਮੇਟਲੀ ਘਰਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਲੋ ਸੈਲਫ ਸਟੀਮ ਜਾਂ ਡਾਇਲੋਗ ਨਹੀਂ ਹੋ ਰਿਹਾ ਜਿਸ ਕਾਰਨ ਬੱਚਾ ਜਿਹੜਾ ਉਹ ਇਸ ਪਾਸੇ ਨੂੰ ਪੈ ਗਿਆ ਪਰ ਨਾਲ ਹੀ ਕਈ ਇੰਸਟੈਂਸਿਸ ਐਸੇ ਵੀ ਮਿਲਦੇ ਨੇ ਜਿੱਥੇ ਕਿ ਬੱਚੇ ਬੜੇ ਵਧੀਆ ਪੜ੍ਹ ਰਹੇ ਸੀ ਟੌਪ ਸਟੱਡੀਜ਼ ਦੇ ਉਹਨਾਂ ਦੇ ਮਾਰਕਸ ਆ ਰਹੇ ਸੀ ਗੇਮਸ ਵੀ ਖੇਡਦੇ ਸੀ ਸਭ ਕੁਝ ਸੀ ਪਰ ਉਸ ਦੇ ਬਾਵਜੂਦ ਉਹਨਾਂ 'ਤੇ ਉਹ ਵੀ ਇਸ ਰਸਤੇ 'ਤੇ ਤੁਰ ਪਏ ਸੋ ਕੀ ਡਿਡਕਟ ਕਰਨ ਪੇਰੈਂਟਸ ਕੋਈ ਵੀ ਮਾਂ ਬਾਪ ਨਹੀਂ ਚਾਹੁੰਦਾ ਕਿ ਉਹਦਾ ਬੱਚਾ ਗਲਤ ਰਾਹਾਂ ਦੇ ਤੁਰੇ ਪਰ ਕੀ ਇਹੋ ਜਿਹੇ ਸਰਕਮਸਟੈਂਸਿਸ ਬਣ ਜਾਂਦੇ ਨੇ ਜਿਹਦੇ ਨਾਲ ਕਿ ਉਹ ਪੀਅਰ ਪ੍ਰੈਸ਼ਰ ਵੱਧ ਗਿਆ ਜਾਂ ਉਹਨਾਂ ਦਾ ਕੀ ਹੋਇਆ ਕੀ ਸੋ ਵੁੱਡ ਲਾਈਕ ਟੂ ਸ਼ੇਅਰ ਯੋਰ ਐਕਸਪੀਰੀਅੰਸ ਇਹਦੇ ਜੀ ਜਿਹੜੇ ਆਮ ਕਾਰਨ ਜੇ ਆਪਾਂ ਦੇਖੀਏ ਸਭ ਤੋਂ ਪਹਿਲਾਂ ਇੱਕ ਰਿਵਾਰਡ ਸਿਸਟਮ ਕਿ ਵੀ ਮੈਂ ਜੇ ਕੁਛ ਵਧੀਆ ਕੀਤਾ ਉਹਦਾ ਰਿਵਾਰਡ ਕੀ ਹੈ ਠੀਕ ਹੈਨਾ ਮੋਟੀਵੇਸ਼ਨਲ ਮੈਨੂੰ ਮੋਟੀਵੇਸ਼ਨ ਕਿੱਥੋਂ ਦੀ ਮਿਲ ਰਹੀ ਹੈ ਠੀਕ ਜੇ ਮੈਨੂੰ ਫੋਰ ਐਗਜ਼ਾਮਪਲ ਜੇ ਮੈਂ ਇੱਕ ਵਧੀਆ ਐਗਜ਼ਾਮ ਕੀਤਾ ਅਤੇ ਚਾਹੇ ਮੇਰੇ 99% ਆ ਗਏ ਮੈਨੂੰ ਰਿਵਾਰਡ ਮਿਲ ਰਿਹਾ ਦੂਸਰੇ ਬੰਦੇ ਜਾਂ ਨਹੀਂ ਮਿਲ ਰਿਹਾ ਨਹੀਂ ਤਾਂ ਮੈਨੂੰ ਰਿਵਾਰਡ ਆਪਣੇ ਆਪ ਲਈ ਕ੍ਰੀਏਟ ਕਰਨਾ ਪੈਣਾ ਜੇ ਮੈਨੂੰ ਮੋਟੀਵੇਸ਼ਨ ਹੋਰ ਕਿਤੇ ਨਹੀਂ ਮਿਲਣੀ ਮੈਨੂੰ ਆਪਣੇ ਆਪ 'ਚੋਂ ਮੋਟੀਵੇਸ਼ਨਲ ਕ੍ਰੀਏਟ ਕਰਨੀ ਪੈਣੀ ਉਹ ਮੈਂ ਬਾਏ ਨੇਚਰ ਕਰਦਾ ਹਾਂ ਜਾਂ ਬਾਏ ਸਬਸਟੈਂਸ ਯੂਜ਼ ਕਰਦਾ ਉਹ ਉੱਥੇ ਆਪਸ਼ਨਸ ਆ ਜਾਂਦੇ ਰਾਈਟ ਰਾਈਟ
So ek reward system hai sara, right? Oh, rewards main kitho di pa da. Right. So again itthe todi gal to ehi sanu direct karan di lod hai ki maa baap jehde ne ja ghar de vich aisa mahol banaye jide ch ke bacche nu encouragement mile. Encouragement mile. Right. So oh, utthe vi assi kai vari fail ho jande chal ki ho gaya je lae vi aaye te je nahi vi laya. Kai thaan te eh vi dekhya janda maa baap nu pata vi nahi ki bacche kede standards pad rahe ne. So sadi involvement jehdi hai utthe bahut important gal aa jandi. Jehdi tusi dekho jehde addictions hove crime gangs kuch vi ho apne ek hor parents di ਤਰੀਕਾ ਹੁੰਦਾ ਵੀ ਜਦੋਂ ਕੋਈ ਪਤਾ ਵੀ ਲੱਗ ਜਾਂਦਾ ਵੀ ਬੱਚਾ ਗਲਤ ਪਾਸੇ ਇਨਵੋਲਵ ਹੁੰਦਾ ਉਹਨੂੰ ਟੱਕ ਲੈਂਦੇ ਆ ਗੱਲ ਐਬਸੋਲੂਟਲੀ ਅਥਾਰਟੀਜ਼ ਨੂੰ ਇਨਵੋਲਵ ਨਹੀਂ ਕਰਦੇ ਜਾਂ ਹੋਰ ਕੋਸ਼ਿਸ਼ ਹੁੰਦੀ ਨੰਬਰ 1 ਵੀ ਟੱਕ ਦੀ ਇਸ ਗੱਲ ਰਾਈਟ ਗ੍ਰੇਟ ਲੈਨੇ ਜੀ ਇੱਕ ਬ੍ਰੇਕ ਵਾਪਸ ਆਨੇ ਥੋੜਾ ਜਿਹਾ ਇਸੇ ਚਰਚੇ ਉੱਤੇ ਤੁਸੀਂ ਕਿਹਾ ਜਿਹੜਾ ਟੱਕ ਦਿੰਦੇ ਆ ਪਰ ਕੀ ਆਪਸ਼ਨਸ ਅਵੇਲੇਬਲ ਨੇ ਕਈ ਵਾਰੀ ਮਾਂ ਬਾਪ ਤੋਂ ਇਹ ਵੀ ਸੁਣਿਆ ਕਿ ਜੀ ਕਿ ਪੁਲਿਸ ਕੁਝ ਨਹੀਂ ਕਰ ਰਹੀ ਸੁਸਾਇਟੀ ਦੇ ਵਿੱਚ ਅਸੀਂ ਕਿੱਥੇ ਜਾਈਏ ਕਿਹਦੇ ਕੋਲ ਜਾਈਏ ਕੀ ਕੋਈ ਰਿਸੋਰਸਿਸ ਜਿਹੜੇ ਨੇ ਇਸ ਦੇ ਉੱਤੇ ਪੂਰੀ ਸਿਟੀ ਆਫ ਸਰੀ ਵੱਲੋਂ ਫੋਕਸ ਗਰੁੱਪਸ ਜਿਸ ਤਰ੍ਹਾਂ ਤੁਹਾਡਾ ਕੈਟ ਦਾ ਇੱਕ ਕਨਸੈਪਟ ਤੁਸੀਂ ਲੈ ਕੇ ਆਏ ਹੋ ਕੀ ਇਸ ਤਰੀਕੇ ਨਾਲ ਕੋਈ ਵਿਅਕਤੀ ਜੇਕਰ ਇਸ ਵਿੱਚ ਫਸਿਆ ਪਿਆ ਕਿ ਉਸ ਨੂੰ ਕੋਈ ਰਾਹਤ ਮਿਲ ਸਕਦੀ ਹੈ ਕਿ ਤੁਹਾਡੇ ਵਰਗੀਆਂ ਟੀਮਸ ਉਹਨਾਂ ਦੀ ਮਦਦ ਕਰ ਸਕਦੀਆਂ ਨੇ ਇਹਨਾਂ ਇਸ਼ੂਸ ਤੇ ਗੱਲ ਕਰਨੇ ਇਸ ਬ੍ਰੇਕ ਤੋਂ ਬਾਅਦ ਅੱਜ ਕੱਲ ਦੀ ਮਾਰਕੀਟ ਵਿੱਚ ਆਪਣੇ ਘਰ ਨੂੰ ਛੇਤੀ ਵੇਚਣ ਦੀ ਸੋਚ ਰਹੇ ਹੋ ਤਾਂ ਫਿਰ ਸਟੇਜਿੰਗ ਜ਼ਰੂਰ ਕਰਾ ਲਓ ਖਾਲੀ ਘਰ ਅਨਇਨਵਾਈਟਿੰਗ ਤੇ ਕੋਲਡ ਲੱਗਦਾ ਹੈ ਜਦਕਿ ਸਟੇਜ ਕੀਤਾ ਹੋਇਆ ਘਰ ਵਾਰਮਥ ਕਲਰ ਤੇ ਖਾਲੀ ਜਗ੍ਹਾ ਨੂੰ ਵਧੀਆ ਬਣਾ ਦਿੰਦਾ ਹੈ ਆਪਣੇ ਘਰ ਨੂੰ ਸੇਲ ਤੇ ਲਾਉਣ ਤੋਂ ਪਹਿਲਾਂ ਇੱਕ ਵਾਰ ਐਨ ਐਲੀਗੈਂਟ ਟੱਚ ਹੋਮ ਸਟੇਜਿੰਗ ਤੇ ਡਿਜ਼ਾਈਨ ਦੀ ਰੀਟਾ ਚੌਹਾਨ ਨਾਲ ਗੱਲ ਜ਼ਰੂਰ ਕਰ ਲਓ ਤਾਂ ਕਿ ਉਹ ਆਪਣੇ ਸਕਿੱਲਸ ਤੇ ਐਕਸਪੀਰੀਅੰਸ ਨਾਲ ਤੁਹਾਡੇ ਘਰ ਨੂੰ ਟੌਪ ਡਾਲਰਸ ਵਿੱਚ ਵੇਚਣ ਵਿੱਚ ਤੁਹਾਡੀ ਮਦਦ ਕਰ ਸਕਣ ਕਾਲ 6046576612 ਜਾਂ ਫਿਰ ਇਹਨਾਂ ਦੀ ਵੈਬਸਾਈਟ anelegantouch.ca ਤੇ ਜਾਓ ਹਰ ਇੱਕ ਵਿਅਕਤੀ ਦਾ ਇਹ ਫਰਜ਼ ਬਣਦਾ ਹੈ ਕਿ ਜੇਕਰ ਉਹਦੇ ਸਾਹਮਣੇ ਕੁਝ ਗਲਤ ਹੋ ਰਿਹਾ ਤਾਂ ਉਹ ਆਪਣਾ ਯੋਗਦਾਨ ਜ਼ਰੂਰ ਪਾਏ ਪਰ ਆਮ ਤੌਰ ਦੇ ਉੱਤੇ ਅਸੀਂ ਸਿਰਫ ਬਲੇਮ ਗੇਮ ਵਿੱਚ ਹੀ ਪੈ ਜਾਂਦੇ ਹਾਂ ਕਿ ਸਰਕਾਰ ਨਹੀਂ ਕੁਝ ਕਰ ਰਹੀ ਪੁਲਿਸ ਨਹੀਂ ਕਰ ਰਹੀ ਮਾਂ ਬਾਪ ਨਹੀਂ ਕਰ ਰਹੇ ਪਰ ਜਦੋਂ ਇੱਕ ਇੰਟੀਗ੍ਰੇਟਿਵ ਅਪਰੋਚ ਅਡੋਪਟ ਕਰ ਲਈ ਜਾਏਗੀ ਤਾਂ ਡੈਫੀਨੇਟਲੀ ਇਹ ਸਮੱਸਿਆ ਜਿਸ ਦੇ ਬਾਰੇ ਅਸੀਂ ਡਿਸਕਸ਼ਨ ਕਰ ਰਹੇ ਹਾਂ ਇਹਦਾ ਹੱਲ ਵੀ ਜ਼ਰੂਰ ਸਾਹਮਣੇ ਆਏਗਾ ਇਸੇ ਸੰਬੰਧ ਵਿੱਚ ਅੱਜ ਕੈਟ ਤੋਂ ਆਏ ਹੋ ਸਾਡੇ ਦੋ ਮਹਿਮਾਨ ਉਪਕਾਰ ਤਤਲੇ ਅਤੇ ਗੁਰਕੀਰਤ ਸਿੰਘ ਗੱਲਬਾਤ ਕਰ ਰਹੇ ਨੇ ਆਹ ਤੁਹਾਨੂੰ ਮੁੜ ਤੋਂ ਸ਼ਾਮਿਲ ਕਰਦੇ ਹਾਂ ਸੋ ਲੋ ਸੈਲਫ ਇਸਟੀਮ ਡਾਇਲੋਗ ਨਾ ਹੋਣਾ ਕੋਈ ਹੋਰ ਵੀ ਕਾਰਨ ਆ ਰਹੇ ਨੇ ਜਿਹਦੇ ਕਾਰਨ ਘਰਾਂ ਦੇ ਵਿੱਚ ਜਿਹੜਾ ਮਾਹੌਲ ਅਸੀਂ ਕ੍ਰੀਏਟ ਕੀਤਾ ਹੋਇਆ ਮੈਂ ਇੱਕ ਥਾਂ 'ਤੇ ਬੈਠਾ ਸੀ ਬੜੀ ਸੋਹਣੀ ਗੱਲ ਮੈਨੂੰ ਲੱਗੀ ਉਹਨਾਂ ਨੇ ਕਿਹਾ ਕਿ ਘਰਾਂ ਦੇ ਵਿੱਚ ਸਾਡੇ ਅਸੀਂ $100-$200 ਦੀਆਂ ਲਿਕਰ ਦੀਆਂ ਬੋਟਲਸ 'ਤੇ ਲਿਆਉਣ ਲਈ ਸਾਡੇ ਕੋਲ ਮਾਇਆ ਹੈ ਪਰ ਬੱਚੇ ਨੂੰ ਇੱਕ ਛੋਟੀ ਜਿਹੀ ਕਿਤਾਬ ਲਿਆ ਕੇ ਇੱਕ ਲਾਇਬ੍ਰੇਰੀ ਕ੍ਰੀਏਟ ਕਰਨੀ ਜਾਂ ਇੱਕ ਐਸਾ ਮਾਹੌਲ ਕ੍ਰੀਏਟ ਕਰਨਾ ਜਿੱਥੇ ਕਿ ਅਸੀਂ ਇੰਟਰੈਕਟ ਕਰ ਸਕੀਏ ਉਹਦੇ 'ਚ ਅਸੀਂ ਪਿੱਛੇ ਹਟ ਜਾਂਦੇ ਹੈਗੇ ਕਿ ਇਹ ਛੋਟੀ ਛੋਟੀਆਂ ਗੱਲਾਂ ਵੀ ਕੋਈ ਇੰਪੈਕਟ ਪਾਉਂਦੀਆਂ ਨੇ ਗੁਰਕੀਰਤ ਉੱਪਰ ਜੀ ਬਹੁਤ ਵੱਡਾ ਇੰਪੈਕਟ ਆ ਵੱਡੇ ਹੋ ਕੇ ਤਾਂ ਦੂਰ ਦੀ ਗੱਲ ਆ ਮੈਂ ਤੁਹਾਨੂੰ 4 ਕਿਤੇ 5 ਸਾਲਾਂ ਦੇ ਆਪਣੇ ਕਲਚਰ ਦੇ ਵਿੱਚ ਨੋਰਮਲੀ ਕੀ ਹੁੰਦਾ ਹੈ ਜੀ ਫੋਰ ਐਗਜ਼ਾਮਪਲ ਜੇ ਆਪਾਂ ਕੁਛ ਧਾਰਮਿਕ ਪੱਖ 'ਤੇ ਜਾਂ ਫਿਰ ਕੋਈ ਵੀ ਇਹੋ ਜਿਹੇ ਪੱਖ 'ਤੇ ਪੁੱਛ ਲੈਂਦੇ ਹਾਂ ਜਿਹਦੇ ਬਾਰੇ ਪੇਰੈਂਟ ਨੂੰ ਨੌਲੇਜ ਹੈਣੀਗੀ ਪੇਰੈਂਟ ਕੋਸ਼ਿਸ਼ ਕਰੇਗਾ ਕਿ ਵੀ ਚੁੱਪ ਕਰ ਜਾ ਰਾਈਟ ਉਹ ਬੱਚਾ ਸਿੱਖਣਾ ਚਾਹੁੰਦਾ ਉਹ ਬੱਚਾ ਲਰਨ ਕਰਨਾ ਚਾਹੁੰਦਾ ਕਿਤਾਬਾਂ ਤਾਂ ਦੂਰ ਦੀ ਗੱਲ ਨੇ ਹਨਾ ਉਹ ਲਰਨਿੰਗ ਪ੍ਰੋਸੀਜਰ ਦੇ ਵਿੱਚ ਬਹੁਤ ਲੇਟ ਆਉਂਦੀਆਂ ਨੇ ਬਟ ਅਰਲੀ ਪ੍ਰੋਸੈਸ ਦੇ ਵਿੱਚ ਅਰਲੀ ਜਦ ਉਹਦੀ ਗਰੋਥ ਹੋ ਰਹੀ ਆ ਉਦੋਂ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਕਿ ਵੀ ਜਿਹੜੀਆਂ ਉਹ ਸਵਾਲ ਪੁੱਛ ਰਿਹਾ ਉਹ ਮੈਂ ਉਹਨੂੰ ਜਵਾਬ ਦੇ ਰਿਹਾ ਪ੍ਰੋਵਾਈਡ ਕਰ ਰਿਹਾ ਜਾਂ ਮੈਂ ਉਹਨੂੰ ਚੁੱਪ ਕਰਾ ਰਿਹਾ ਮੈਂ ਹੌਲੀ ਹੌਲੀ ਕਹਿ ਕੇ ਉਹਨੂੰ ਚੁੱਪ ਕਰ ਜਾ ਤੇ ਆਟੋਮੈਟਿਕਲੀ ਮੈਂ ਖਿਜਣਾ ਸ਼ੁਰੂ ਕਰ ਦੂੰਗਾ ਜੇ ਉਹ ਬਾਰ ਬਾਰ ਪੁੱਛੂਗਾ ਫਿਰ ਉਹ ਬੱਚੇ ਨੂੰ ਪਤਾ ਲੱਗ ਜਾਣਾ ਕਿ ਵੀ ਜੇ ਮੈਂ ਸਵਾਲ ਜ਼ਿਆਦਾ ਕੀਤੇ ਮੈਨੂੰ ਦੱਬ ਕੇ ਪੈ ਜਾਣੇ ਸੋ ਇਹ ਤੋਂ ਵਧੀਆ ਗੱਲ ਹੀ ਨਾ ਕਰੋ ਠੀਕ ਸੋ ਇੱਥੋਂ ਦੀ ਪ੍ਰੋਸੀਜਰ ਹੁੰਦੀ ਆ ਇੱਕ ਲਰਨਿੰਗ ਦੀ ਤੇ ਇੱਕ ਬਹੁਤ ਵੱਡਾ ਟੌਪਿਕ ਆ ਤੇ ਇਹਦੇ ਬਾਰੇ ਜਿੰਨੀ ਮਰਜ਼ੀ ਆਪਾਂ ਡਿਸਕਸ਼ਨ ਕਰ ਸਕਦੇ ਰਾਈਟ ਰਿਸੋਰਸਿਸ ਦੀ ਜਦੋਂ ਗੱਲ ਕਰਦੇ ਹਾਂ ਜੀ ਉਹਦੇ ਬਾਰੇ ਦੱਸੋ ਕਿਉਂਕਿ ਇਹ ਵੀ ਕੰਪਲੇਂਟ ਹੈਗੀ ਜੀ ਕਿ ਕਿਹਦੇ ਕੋਲ ਜਾਈਏ ਸਾਨੂੰ ਪਤਾ ਨਹੀਂ ਲੱਗਦਾ ਇਹ ਦੇਖੋ ਇਹਦੀ ਸਮਝ ਵੀ ਆਉਂਦੀ ਵੀ ਕਿਉਂ ਕਿ ਰਿਸੋਰਸਿਸ ਬਹੁਤ ਕਿਸਮ ਦੇ ਨੇ ਅੱਡ ਕਿਸਮ ਦੇ ਨੇ ਮੈਂਟਲ ਹੈਲਥ ਹੋਵੇ ਕਿਉਂਕਿ ਇਹ ਜਿਹੜੇ ਓਪੀਓਇਡਸ ਹੈ ਇਹਦਾ ਨਾਲ ਹੀ ਨਾਲ ਜੁੜਿਆ ਹੈ ਮੈਂਟਲ ਹੈਲਥ ਸਬਸਟੈਂਸ ਅਬਿਊਸ ਤਾਂ ਹੈ ਸਾਡਾ ਸਗੋਂ ਜਿਹੜਾ ਡਾਇਲੋਗ ਸੀ ਉਹ ਸੀ ਮੈਂਟਲ ਹੈਲਥ ਐਂਡ ਸਬਸਟੈਂਸ ਅਬਿਊਸ ਕਿਉਂਕਿ ਸਾਨੂੰ ਪਤਾ ਵੀ ਇਸ ਚੀਜ਼ ਉਹ ਜੁੜੀ ਹੋਈ ਹੈ ਇਹਦੇ ਨਾਲ ਹੁਣ ਵਧੀਆ ਔਰਗਨਾਈਜੇਸ਼ਨਸ ਨੇ ਇੱਕ ਤੁਹਾਨੂੰ ਜਾਣਕਾਰੀ ਹੋਊਗੀ ਸਮ ਔਰਗਨਾਈਜੇਸ਼ਨ ਉਹ ਫੋਕਸ ਉਹਨਾਂ ਦਾ ਖਾਸ ਮੈਂਟਲ ਹੈਲਥ ਹਾਂਜੀ ਕੈਂਪ ਇੰਪਾਵਰ ਮੇਰਾ ਖਿਆਲ ਉਹ ਇੱਕ ਗਰੁੱਪ ਹੈ ਬਹੁਤ ਅੱਡ ਕਿਸਮ ਦੇ ਨੇ ਸਾਊਥ ਏਸ਼ੀਅਨ ਫੋਕਸ ਬਹੁਤ ਗਰੁੱਪਸ ਨੇ ਰਾਈਟ ਸੋ ਮੇਨ ਇੱਕ ਰਿਸਪੋਂਸਿਬਿਲਟੀ ਕੈਟ ਦੀ ਇਹੀ ਹੈ ਵੀ ਜਿੰਨੇ ਵੀ ਗਰੁੱਪਸ ਨੇ ਲੋਕਾਂ ਨੂੰ ਜਾਣਕਾਰੀ ਤਾਂ ਚਲੋ ਹੋਵੇ ਪਰ ਈਜ਼ੀ ਐਕਸੈਸ ਹੋਵੇ ਕੋਆਰਡੀਨੇਸ਼ਨ ਕੰਮ ਹੋਏਗਾ ਰਾਈਟ ਕਿਉਂਕਿ ਕਈ ਵਾਰੀ ਕੀ ਹੁੰਦਾ ਹੁਣ ਤੁਸੀਂ ਜਿਹੜੀ ਲਾਈਨ ਸ਼ੇਅਰ ਮੈਨੂੰ ਇੱਕ ਯਾਦ ਆ ਗਿਆ ਜਿਹੜੇ ਆਪਣੇ ਬਲਤੇਜ ਢਿੱਲੋਂ ਹੋਣੀ ਨੇ ਆਰਸੀਪੀ ਆਫਿਸਰ ਆ ਪਿੱਛੇ ਉਹਨੇ ਲਾਈਨ ਮੈਨੂੰ ਹਾਲੇ ਵੀ ਯਾਦ ਆ 2 ਹਫ਼ਤੇ ਪਹਿਲਾਂ ਉਹਨੇ ਲਾਈਨ ਬੋਲੀ ਸੀ ਕਹਿੰਦੇ ਵੀ
ਆਪਾਂ ਕੀ ਕਰਦੇ ਹਾਂ ਨਹੀਂ ਕਹਿੰਦੇ ਵੀ ਕਾਰਾਂ ਦੋ ਘੱਟ ਲੈ ਲਓ ਚਾਰ ਪੰਜ ਕਾਰਾਂ ਇੱਕ ਰੱਖ ਲਓ ਡਰਾਈਵ ਵਿੱਚ ਵੱਡੇ ਵੱਡੇ ਮਹਿਲ ਬਣਾਉਣ ਨਾਲੋਂ ਤੁਸੀਂ ਸਿੰਪਲ ਘਰ ਰੱਖ ਲਓ ਫੋਕਸ ਰੱਖੋ ਬੱਚਿਆਂ 'ਤੇ ਅਤੇ ਉਹ ਵੀ ਜੇ ਆਪਾਂ ਕਰਦੇ ਹਾਂ ਕਈ ਵਾਰੀ ਕੀ ਹੁੰਦਾ ਕਈ ਦਫ਼ਾ ਉਹ ਸਲਿਪ ਥਰੂ ਦ ਕ੍ਰੈਕਸ ਹੋ ਜਾਂਦੇ ਬੱਚੇ ਜਿੰਨਾ ਵੀ ਆਪਾਂ ਕੋਸ਼ਿਸ਼ ਕਰਦੇ ਮਿਹਨਤ ਕਰਦੇ ਹਾਂ ਬੱਚੇ 'ਤੇ ਫੋਕਸ ਰੱਖਦੇ ਹਾਂ ਜੇ ਪਿੱਛੇ ਜੇ ਅਨਾਊਂਸਮੈਂਟ ਹੋਈ ਸੀਗੀ ਆਪਣੇ ਹਾਸਮਾਂ ਨੂੰ ਬਹੁਤ ਵੱਡੀ ਫੰਡਿੰਗ ਮਿਲੀ ਹੈ ਸਰਕਾਰ ਵੱਲੋਂ ਇਸ ਚੀਜ਼ ਨੂੰ ਐਡਰੈਸ ਕਰਨ ਨੂੰ ਅਤੇ ਉੱਥੇ ਮਹਿਮਾਨ ਬੈਠੇ ਸੀਗੇ ਉਹ ਉਹਨਾਂ ਨੂੰ ਮੈਂ ਪਛਾਣਿਆ ਉਹਨਾਂ ਨੇ ਇੱਕ ਵਾਰੀ ਜਾਂ ਦੋ ਸਾਲ ਪਹਿਲਾਂ ਆਪਦੀ ਕਹਾਣੀ ਸ਼ੇਅਰ ਕੀਤੀ ਸੀਗੀ ਆਪਦੇ ਬੱਚੇ ਦੀ ਉਹ ਬੱਚਾ ਸਟਾਰ ਐਥਲੀਟ ਲੰਬਾ ਨੌਜਵਾਨ ਅਤੇ ਪੜ੍ਹਾਈ ਵੱਲੋਂ ਵੀ ਐਕਸਲੈਂਟ ਪੇਰੈਂਟਸ ਦੋਨੇ ਪ੍ਰੋਫੈਸ਼ਨਲ ਆਪਦੇ ਵੱਲੋਂ ਪੇਰੈਂਟਸ ਨੇ ਪੂਰੀ ਕੋਸ਼ਿਸ਼ ਕੀਤੀ ਅਤੇ ਮਿਹਨਤ ਕੀਤੀ ਉਸ ਬੱਚੇ ਦੇ ਕਿੱਥੋਂ ਕਿੱਥੇ ਉਹ ਜਿਵੇਂ ਕਹਿੰਦੇ ਨੇ ਫੈਲ ਥਰੂ ਦ ਕ੍ਰੈਕਸ ਕਿੱਥੋਂ ਉਹ ਡਿੱਗ ਪਿਆ ਸੀ ਬੱਚਾ ਰਾਈਟ ਅਤੇ ਪੇਰੈਂਟਸ ਨੂੰ ਰਿਸੋਰਸਿਸ ਦਾ ਪਤਾ ਨਾ ਲੱਗੇ ਵੀ ਕਿੱਥੋਂ ਅਸੀਂ ਐਕਸੈਸ ਕਰ ਸਕੀਏ ਸੋ ਉਹ ਯਾਦ ਚੇਤੇ ਰੱਖ ਕੇ ਵੀ ਕਿੰਨੇ ਪੇਰੈਂਟਸ ਜਿਨ੍ਹਾਂ ਨੂੰ ਲੋੜ ਹੈ ਹੈਲਪ ਦੀ ਵੀ ਜਦੋਂ ਉਹਨਾਂ ਨੂੰ ਲੋੜ ਪਵੇ ਈਜ਼ੀ ਐਕਸੈਸ ਹੋਵੇ ਹੁਣ ਸਾਡੇ ਜਿਹੜੇ ਗਾਂਹ ਦੇ ਸਟੈਪਸ ਹੋਣਗੇ ਇਸ ਨੂੰ ਇਹਦਾ ਇਲਾਜ ਲੱਭਣ 'ਚ ਹੀ ਹੈ ਵੀ ਕੀ ਇਹਨਾਂ ਨੂੰ ਸੌਖਾ ਰਿਸੋਰਸਿਸ ਮਿਲ ਜਾਏਗਾ ਅੱਛਾ ਇੱਕ ਹੋਰ ਚੀਜ਼ ਆਉਂਦੀ ਹੈ ਆਪਣੀ ਕਮਿਊਨਿਟੀ ਦੀ ਅਸੀਂ ਕੰਪਲੇਨ ਬਰੇਡ ਬਹੁਤ ਕਰਦੇ ਹਾਂ ਇਹ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਪਰ ਜਦੋਂ ਕੁਝ ਐਸੇ ਯਤਨ ਕੀਤੇ ਜਾਂਦੇ ਨੇ ਕਈ ਵਾਰੀ ਉਹ ਵੀ ਵੇਖਣ ਨੂੰ ਮਿਲਦਾ ਹੈ ਕਿ ਹਾਂ ਕੋਈ ਗੀਤਕਾਰ ਆ ਜਾਏ ਫਿਰ ਤਾਂ ਹਾਲ ਭਰ ਜਾਂਦੇ ਨੇ ਪਰ ਇਹੋ ਜਿਹੇ ਕੋਈ ਬ੍ਰੇਨ ਸਟੋਮਿੰਗ ਸੈਸ਼ਨਸ ਹੋਣ ਜਾਂ ਲੋਕਾਂ ਨੂੰ ਇਨਵੋਲਵ ਕਰਕੇ ਅਵੇਅਰਨੈਸ ਦੀ ਗੱਲ ਆਏ ਉੱਥੇ ਤਾਂ ਇਹੀ ਡਰ ਲੱਗਿਆ ਰਹਿੰਦਾ ਕਿ ਕੁਰਸੀਆਂ ਜਿਹੜੀਆਂ 40-50 ਲਈਆਂ ਉਹ ਵੀ ਭਰਨਗੀਆਂ ਕਿ ਨਹੀਂ ਭਰਨਗੀਆਂ ਸੋ ਇਹਦੇ ਬਾਰੇ ਵੀ ਤੁਸੀਂ ਆਫਕੋਰਸ ਯੂਨੋ ਤੁਸੀਂ ਵੀ ਦੇਖਦੇ ਹੀ ਹੋ ਕੀ ਕਹਿਣਾ ਚਾਹੋਗੇ ਕਮਿਊਨਿਟੀ ਨੂੰ ਕਿਉਂ ਕਮਿਊਨਿਟੀ ਅੱਗੇ ਆਏ ਕਈ ਵਾਰੀ ਕਮਿਊਨਿਟੀ ਦੀ ਜਿਹੜੀ ਤੁਸੀਂ ਗੱਲ ਕੀਤੀ ਉਹ ਸਮਝਦੇ ਨੇ ਸਾਡੇ ਬੱਚੇ ਨੂੰ ਤਾਂ ਕੁਝ ਹੋਣਾ ਚਾਹੀਦਾ ਸਾਡਾ ਘਰ ਸੁਰੱਖਿਅਤ ਹੈ ਪਰ ਤੁਸੀਂ ਕਿਹਾ ਫੈਲ ਥਰੂ ਦਾ ਯੂਨੋ ਟ੍ਰੈਪਸ ਜਿਹੜੇ ਹੈਗੇ ਨੇ ਕਿਸੇ 'ਚ ਸਮੇਂ ਵੀ ਬੱਚਾ ਖਿਸਕ ਸਕਦਾ ਹੈ ਤਾਂ ਕਿਉਂ ਜ਼ਰੂਰੀ ਹੈ ਬਾਰ ਬਾਰ ਇਹ ਚੀਜ਼ ਜਿਹੜੀ ਹੈ ਉਹ ਦਿਮਾਗ 'ਚ ਬਿਠਾਈ ਜਾਏ ਜੀ ਜੀ ਸਭ ਤੋਂ ਪਹਿਲਾਂ ਤਾਂ ਇੱਕ ਮੈਂਟਲ ਹੈਲਥ ਹੈ ਇੱਕ ਇਹੋ ਜਿਹਾ ਟੋਪਿਕ ਆ ਤਾਂ ਫੋਰ ਐਗਜ਼ਾਮਪਲ ਜੇ ਪੰਜਾਬੀ ਲਾ ਲਈਏ ਪਾਗਲ ਕਿ ਵੀ ਅਸੀਂ ਕਿਹੜਾ ਪਾਗਲ ਹਾਂ ਰਾਈਟ ਹੈ ਨਾ ਬਟ ਇਨਫੋਰਮੇਸ਼ਨ ਕਿਸੇ ਵੀ ਸੈਂਸ ਦੀ ਹੋਵੇ ਨੌਲੇਜ ਨੌਲੇਜ ਹੀ ਹੁੰਦੀ ਆ ਅਤੇ ਨੌਲੇਜ ਕਿਸੇ ਨੇ ਲੈ ਨਹੀਂ ਲੈਣੀ ਆਪਣੇ ਕੋਲ ਰਾਈਟ ਅਤੇ ਇਹੋ ਜਿਹਾ ਉਸ ਇਵੈਂਟ 'ਤੇ ਵੀ ਜਿਹੜਾ ਅਸੀਂ ਪ੍ਰੀਵੀਅਸਲੀ ਕੀਤਾ ਉੱਥੇ 13-14 ਇਹੋ ਜਿਹੀਆਂ ਸੰਸਥਾਵਾਂ ਆਈਆਂ ਹੋਈਆਂ ਸੀ ਜਿਨ੍ਹਾਂ ਦੇ ਪੈਂਪਲੇਟਸ ਤੁਸੀਂ ਪਰਸਨਲੀ ਉਹਨਾਂ ਕੋਲ ਜਾ ਕੇ ਤੁਸੀਂ ਪੁੱਟ ਸਕਦੇ ਸੀ ਰਾਈਟ ਅਤੇ ਉਹ ਇੱਕ ਇਹੋ ਜਿਹਾ ਪਲੈਟਫਾਰਮ ਕ੍ਰੀਏਟ ਸੀਗਾ ਅਤੇ ਕਿ ਵੀ ਤੁਸੀਂ ਈਚ ਐਂਡ ਐਵਰੀ ਬੂਥ 'ਤੇ ਜਾ ਕੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਸਬਸਟੈਂਸ ਯੂਜ਼ ਜਾਂ ਮੈਂਟਲ ਹੈਲਥ 'ਤੇ ਤੁਸੀਂ ਕੋਈ ਵੀ ਲੈ ਸਕਦੇ ਸੀ ਜਿੰਨੀਆਂ ਵੀ ਸਰੀ 'ਚ ਮੌਜੂਦ ਨੇ ਠੀਕ ਜੀ ਜਦੋਂ ਇੱਕ ਹੋਰ ਰਿਚਨੈਸ ਮਿਲਦੀ ਜਿਵੇਂ ਗੁਰਕੀਰਤ ਜਾਂ ਗੁਰਕੀਰਤ ਵਰਗੇ ਜਿਹਨਾਂ ਨੇ ਆਪਦੀ ਲਿਵਡ ਐਕਸਪੀਰੀਅੰਸ ਸਟੋਰੀ ਸ਼ੇਅਰ ਕਰਦੇ ਨੇ ਹੁਣ ਇਹਨਾਂ ਨੇ ਪੈਂਫਲੇਟਸ ਦੀ ਗੱਲ ਕੀਤੀ ਸਾਡੇ ਜਿਹੜੇ ਉੱਥੇ ਬਾਹਰਲੇ ਚਲੋ ਕੋਆਪਰੇਟਿਵ ਔਰਗਨਾਈਜੇਸ਼ਨ ਨਾਲ ਖੜੇ ਸੀਗੇ ਵੀ ਸਾਡੀ ਵੀ ਥੋੜ੍ਹੀ ਜਾਣਕਾਰੀ ਲਓ ਤੁਸੀਂ ਜੀ ਕਈਆਂ ਨੂੰ ਕਈ ਸ਼ਰਮ ਮੰਨਦੇ ਸੀ ਬਰੋਸ਼ੋਰ ਹੀ ਚੱਕਣ ਵੀ ਕੌਣ ਦੇਖ ਰਿਹਾ ਵੀ ਉਹ ਕੀ ਸਮਝਣਗੇ ਵੀ ਅਸੀਂ ਕਿਸ ਚੀਜ਼ ਦੇ ਪਰਿਵਾਰ 'ਚ ਸਾਡੇ 'ਚ ਕੀ ਕੁਛ ਚੱਲ ਰਿਹਾ ਸੋ ਅਜੇ ਵੀ ਲੋਕ ਕੀ ਕਹਿਣਗੇ ਉਹ ਵਾਲਾ ਬੜਾ ਜ਼ਿਆਦਾ ਸਾਡੇ 'ਤੇ ਭਾਰੂ ਚੀਜ਼ ਬਿਲਕੁਲ ਅਤੇ ਜਦੋਂ ਲਿਵਡ ਐਕਸਪੀਰੀਅੰਸ ਵਾਲਾ ਇੰਨੀ ਕਹਿ ਲਓ ਹਿੰਮਤ ਨਾਲ ਦੀ ਦਲੇਰੀ ਹਾਰਡ ਸਟੋਰੀ ਸ਼ੇਅਰ ਕਰਦਾ ਓਪਨਲੀ ਸ਼ੇਅਰ ਕਰ ਰਹੇ ਨੇ ਅੱਜ ਵੀ ਆਪਣੇ ਇਸ ਸ਼ੋਅ 'ਤੇ ਉਹਦੇ ਨਾਲ ਦੂਜੇ ਨੂੰ ਹੌਸਲਾ ਭਰਦਾ ਐਬਸੋਲੂਟਲੀ ਉਹਦੇ ਨਾਲ ਸਕਸੈਸ ਹੁੰਦਾ ਬਹੁਤ ਖੂਬ ਜੀ ਅਤੇ ਕਿੱਥੋਂ ਕੋਈ ਹੋਰ ਜਾਣਕਾਰੀ ਤੁਹਾਡੇ ਇਸ ਕੈਟ ਬਾਰੇ ਲੈਣੀ ਕੋਈ ਵੈਬਸਾਈਟ ਜਾਂ ਕੋਈ ਫੋਨ ਨੰਬਰ ਵਗੈਰਾ ਹੈਗਾ ਜਿੱਥੇ ਇਹ ਜਾਣਕਾਰੀ ਮਿਲ ਸਕਦੀ ਹਾਂਜੀ ਵੈਬਸਾਈਟ ਤਾਂ ਹਲੇ ਅਸੀਂ ਸ਼ੁਰੂ ਕਰਨੀ ਹੈ ਪਰ ਤੁਸੀਂ ਡਾਇਰੈਕਟਲੀ ਫੋਨ ਕਰ ਸਕਦੇ ਹੋ 778-223-6987 ਰਾਈਟ ਇਵੈਂਟਸ ਆਉਣਗੇ ਗਾਂ ਦੇ ਔਗਸਟ ਆ ਜਿਹੜਾ ਆ ਰਿਹਾ ਆਊਟਰੀਚ ਕਰਾਂਗੇ ਹਾਂਜੀ ਚਲੋ ਬਹੁਤ ਖੂਬ ਜੀ ਬਹੁਤ ਧੰਨਵਾਦ ਕਿ ਤੁਸੀਂ ਇਨੀਸ਼ੀਏਟਿਵ ਲੈ ਰਹੇ ਹੋ ਅਤੇ ਇਸ ਨਾਲ ਲੋਕਾਂ ਦੇ ਵਿੱਚ ਚੇਤਨ ਦੇ ਆਉਣ ਦੀ ਕੋਸ਼ਿਸ਼ ਕਰ ਰਹੇ ਹੋ ਆਸ ਕਰਦੇ ਹਾਂ ਕਿ ਵੱਧ ਚੜ੍ਹ ਕੇ ਲੋਕ ਇਸ ਵਿੱਚ ਸਹਿਯੋਗ ਦੇਣਗੇ ਅਤੇ ਹੋਰ ਮੈਸੇਜ ਜਿਹੜਾ ਹਰ ਘਰ ਵਿੱਚ ਪਹੁੰਚੇਗਾ ਥੈਂਕ ਯੂ ਐਂਡ ਬੈਸਟ ਵਿਸ਼ਸ ਥੈਂਕ ਯੂ ਥੈਂਕ ਯੂ